ਸ਼ਿਲਾਂਗ 'ਚ ਹੋਇਆ ਸਿੱਖਾਂ 'ਤੇ ਹਮਲਾ ਸ਼ਰਾਰਤੀ ਅਨਸਰਾਂ ਵੱਲੋਂ ਸਾਜ਼ਿਸ਼ ਤਹਿਤ ਕੀਤਾ ਗਿਆ ਹੈ, ਜਿਸ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਇਹ ਕਹਿਣਾ ਹੈ ਸ਼੍ਰੀ ਅਨੰਦਪੁਰ ਸਾਹਿਬ ਅਕਾਲੀ ਸੰਸਦ ਪ੍ਰੇਮ ਸਿੰਘ ਚੰਦੂਮਾਜਰਾ ਦਾ। ਉਹਨਾਂ ਨੇ ਦੱਸਿਆ ਕਿ ਭਾਵੇਂ ਹੁਣ ਸ਼ਿਲਾਂਗ 'ਚ ਹਾਲਾਤ ਬਿਲਕੁਲ ਠੀਕ ਨੇ, ਪਰ ਸ਼ਰਾਰਤੀ ਤੱਤਾਂ ਵੱਲੋਂ ਕੀਤਾ ਗਿਆ ਇਹ ਹਮਲਾ ਨਿੰਦਣਯੋਗ ਹੈ। ਇਸ ਤੋਂ ਇਲਾਵਾ ਉਹਨਾਂ ਨੇ GST ਸੰਬੰਧੀ ਪੰਜਾਬ ਸਰਕਾਰ 'ਤੇ ਵੀ ਨਿਸ਼ਾਨਾ ਸਾਧਿਆ। ਸਰਕਾਰ ਦਾ ਮੈਂ ਤੁਹਾਨੂੰ ਧੰਨਵਾਦ ਕਰਦਾ ਕਿ ਉਹਨਾਂ ਨੇ ਬਹੁਤ ਜਲਦੀ ਹਲਕੇ 'ਚ ਆ ਕੇ ਫੌਜ ਵੀ ਬੁਲਾਈ, ਪੁਲਿਸ ਦਾ ਵੀ ਪੂਰਾ ਵਾਤਾਵਰਨ ਕੀਤਾ ਅਤੇ ਸਾਡੇ ਦੇ ਅੰਦਰ ਅੰਦਰ ਸਾਰੀ ਸਥਿਤੀ 'ਤੇ ਕਾਬੂ ਪਾਇਆ। ਔਰ ਮੁੱਖ ਮੰਤਰੀ ਸਾਹਿਬ ਨਾਲ ਗੱਲ ਵੀ ਹੋਈ ਹੈ, ਸੁਖਮਾ ਸਾਹਿਬ ਨਾਲ ਸਾਡੀ, ਅਤੇ ਉਹਨਾਂ ਨੇ ਕਿਹਾ ਵੀ ਉੱਥੇ ਜਿਹੜੇ ਸਾਡੇ ਲੋਕ ਉਹਨਾਂ ਨਾਲ ਵੀ ਗੱਲ ਹੋਈ ਆ, ਹੁਣ ਸਥਿਤੀ ਕੰਟਰੋਲ ਹੇਠ ਆ। ਪਰ ਜਿਹੜੇ ਸ਼ਰਾਰਤੀ ਲੋਕ ਨੇ ਜਿਨ੍ਹਾਂ ਨੇ ਅਫਵਾਹ ਫੈਲਾ ਕੇ ਇਸ ਤਰ੍ਹਾਂ ਦੀ ਗੱਲ ਕੀਤੀ ਆ, ਉਹਨਾਂ 'ਤੇ ਐਕਸ਼ਨ ਲੈਣਾ ਪੜਦਾ। ਪੰਜਾਬ ਸਰਕਾਰ ਫਿਰ ਲਿਖ ਕੇ ਦੇਵੇ ਵੀ GST ਦੇ ਅੰਦਰ ਲਿਆਂਦਾ ਜਾਵੇ। ਪੰਜਾਬ ਸਰਕਾਰ ਤਾਂ ਚੋਰ ਵੀ ਚਤਰਾਈ ਵੀ ਨਾਲੇ ਚਲਾਕੀ ਨਾਲ ਮੁਜ਼ਾਹਰੇ 'ਤੇ ਧਰਨੇ ਲਾ ਕੇ ਕੇਂਦਰ 'ਤੇ ਦੋਸ਼ ਲਾ ਰਹੇ ਨੇ, ਆਪ ਸਭ ਤੋਂ ਵੱਧ ਟੈਕਸ ਲਾ ਰਹੇ ਨੇ। ਸੂਬਾ ਸਰਕਾਰ ਪੰਜਾਬ ਦੀ ਤਾਂ ਹਿੰਦੁਸਤਾਨ ਦੇ ਵੀ ਸਭ ਤੋਂ ਵੱਧ ਟੈਕਸ ਦਿੱਤੇ ਇੱਥੇ, ਜਿਹੜੇ 3 ਸੂਬੇ ਉਹਨਾਂ ਵਿੱਚੋਂ ਇਕੱਲਾ ਪੰਜਾਬ ਆ, ਅਤੇ ਬਾਕੀ ਸੂਬਿਆਂ ਨੇ ਆਪਣਾ ਵੈਟ ਘਟਾਇਆ, ਇਕੱਲਾ ਪੰਜਾਬ ਆ ਜਿਹਨੇ 1.5 ਪੈਸੇ ਵੀ ਨਹੀਂ ਘਟਾਏ। ਅਤੇ ਹੁਣ ਜਿਉਂ ਅੰਤਰਰਾਸ਼ਟਰੀ ਮਾਰਕੀਟ 'ਚ ਕੀਮਤਾਂ ਚੇਂਜ ਗਈਆਂ, ਵਧੀਆ 1% ਦਾ ਟੈਕਸ ਵੀ ਲੋਕਾਂ 'ਤੇ ਵਧੀ ਗਿਆ, ਅਤੇ ਇਹ ਛੱਜ ਤਾਂ ਬੋਲੇ ਛੱਡ ਨਹੀਂ ਕਿ ਬੋਲੇ ਬਜ਼ਾਰੇ ਕਰਦਾ ਕੋਈ। ਰਫਤਾਰ ਨਿਊਜ਼ ਲਈ ਨਵਾਂਸ਼ਹਿਰ ਤੋਂ ਬਿਊਰੋ ਰਿਪੋਰਟ।